ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਅਸੀਂ ਭਗਵਾਨ ਰਾਮ ਨੂੰ ਮੰਨਣ ਵਾਲੇ ਹਾਂ, ਵੈਰਾਗੀ ਸਾਧੂਆਂ ਦੀ ਜਮਾਤ ਹੈ, ਹਰ ਧਰਮ ਦੇ ਆਪੋ ਆਪਣੇ ਉਪਦੇਸ਼ ਹੁੰਦੇ ਹੈ। ਸਾਡੇ ਵਿੱਚ ਪੰਜ ਤਰ੍ਹਾਂ ਦਾ ਮੰਤਰ ਮੰਨਿਆ ਜਾਂਦਾ ਹੈ। ਇੱਕ ਤਾਂ ਮਾਲਾ ਮੰਤਰ ਹੈ, ਇੱਕ ਬੀਜ ਮੰਤਰ ਹੈ, ਇੱਕ ਮਹਾਂ ਮੰਤਰ ਹੈ, ਇੱਕ ਮੂਲ ਮੰਤਰ ਹੈ, ਇੱਕ ਗੁਰ ਮੰਤਰ ਹੈ। ਤੁਹਾਡੇ ਧਰਮ ਦੇ ਵਿੱਚ, ਗੁਰਸਿੱਖੀ ਧਰਮ ਦੇ ਵਿੱਚ ਕਿਹੜੇ ਕਿਹੜੇ ਰਾਮ ਨੂੰ ਕਿਹੜੇ ਕਿਹੜੇ ਮੰਤਰ ਦਾ ਦਰਜਾ ਹਾਸਲ ਹੈ? ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸ ਵਕਤ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਆਗਿਆ ਕੀਤੀ, ਪੁਰਖਾ ਗੁਰੂ ਘਰ ਦੀ ਮਰਿਆਦਾ ਅਨੁਸਾਰ ਇਹਨਾਂ ਦੀ ਵੀ ਜੋ ਇਹਨਾਂ ਦਾ ਸਵਾਲ ਹੈ ਸਾਧੂਆਂ ਦਾ, ਮਹਾਤਮਾ ਦਾ, ਵਿਦਵਾਨਾਂ ਦਾ, ਤੁਸੀਂ ਇਹਨਾਂ ਨੂੰ ਉਸ ਦਾ ਨਿਰਣਾ ਕਰਕੇ ਸਮਝਾਓ। ਔਰ ਜਪੁਜੀ ਸਾਹਿਬ ਜੀ ਦੀ ਬਾਣੀ ਦੀਆਂ ਜਿਹੜੀਆਂ ਪੌੜੀਆਂ ਹਨ ਉਹਨਾਂ ਦੀ ਤਰਤੀਬ ਵੀ ਬਣਾ ਕੇ ਸੰਪੂਰਨ ਕਰ ਕਰੋ। ਸਤਿਗੁਰੂ ਜੀ ਦੀ ਆਗਿਆ ਨੂੰ ਪਾ ਕੇ ਧੰਨ ਗੁਰੂ ਅੰਗਦ ਦੇਵ ਜੀ ਨੇ ਵੈਰਾਗੀ ਸਾਧੂਆਂ ਦੀ ਜਮਾਤ ਪਾਸ ਬੈਠ ਕੇ ਉਹਨਾਂ ਦੇ ਪੰਜੇ ਸਵਾਲਾਂ ਦਾ ਜਵਾਬ ਦਿੰਦਿਆਂ ਵਚਨ ਕੀਤਾ ਸੀ ਕਿ ਭਾਈ ਸਾਡਾ ਮਾਲਾ ਮੰਤਰ ਹੈ ਜਪੁਜੀ ਸਾਹਿਬ, ਔਰ ਸੰਪੂਰਨ ਜਪੁਜੀ ਸਾਹਿਬ ਇਸ ਦਾ ਫਲ ਵੀ ਹੈ, ਹਰ ਮੰਤਰ ਦਾ ਫਲ ਵੀ ਹੋਇਆ ਕਰਦਾ ਹੈ। ਜਪੁਜੀ ਸਾਹਿਬ ਜੋ ਸਾਡਾ ਇਹ ਮਾਲਾ ਮੰਤਰ ਹੈ, ਔਰ ਹਰ ਗੁਰਸਿੱਖ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਇਸ ਦਾ ਪਾਠ ਕਰਦਾ। ਸਤਿਗੁਰੂ ਮਹਾਰਾਜ ਜੀ ਵੀ ਇਸ ਦਾ ਨਿਤਾ ਨੇਮ ਆਪ ਅਭਿਆਸ ਔਰ ਪਾਠ ਕਰਦੇ ਹਨ, ਗੁਰਸਿੱਖਾਂ ਨੂੰ ਆ ਗਿਆ ਹੈ। ਜਿਹੜਾ ਸਿੱਖ ਜਪੁਜੀ ਸਾਹਿਬ ਦਾ ਅਭਿਆਸ ਔਰ ਪਾਠ ਕਰਦਾ ਹੈ ਉਸ ਨੂੰ ਇਸ ਦਾ ਫਲ ਇਹ ਹੈ ਕਿ ਜਿੱਥੇ ਲੋਕ ਪ੍ਰਲੋਕ ਦੇ ਸੁੱਖ ਅਤੇ ਬਰਕਤਾਂ ਪ੍ਰਾਪਤ ਹੁੰਦੀਆਂ ਹਨ ਉੱਥੇ ਜਪੁਜੀ ਸਾਹਿਬ ਮਾਲਾ ਮੰਤਰ ਦੇ ਅਭਿਆਸੀ ਨੂੰ ਬ੍ਰਹਮ ਗਿਆਨ ਦੀ ਦਾਤ ਪ੍ਰਾਪਤ ਹੋ ਜਾਂਦੀ ਹੈ। ਦੂਸਰਾ ਜਿਹੜਾ ਬੀਜ ਮੰਤਰ ਹੈ ਇਹ ਇੱਕ ਓਅੰਕਾਰ ਹੈ। ਬੀਜ ਮੰਤਰ ਹਰ ਨਾਮ ਰਸਾਇਣ, ਇਸ ਕਰਕੇ ਇੱਕ ਓਅੰਕਾਰ ਸਾਡਾ ਬੀਜ ਮੰਤਰ ਹੈ। ਜਿਵੇਂ ਬੀਜ ਵਿੱਚ ਸਾਰੇ ਬਿਰਛ ਦਾ ਵਿਸਥਾਰ ਲੁਕਿਆ ਹੁੰਦਾ ਹੈ, ਇਸੇ ਤਰ੍ਹਾਂ ਇੱਕ ਓਅੰਕਾਰ ਜਿਹੜਾ ਇਹ ਸਾਡਾ ਬੀਜ ਮੰਤਰ ਹੈ। ਔਰ ਤੀਸਰਾ ਇੱਕ ਓਅੰਕਾਰ ਤੋਂ ਲੈ ਕੇ ਗੁਰ ਪ੍ਰਸਾਦ ਤੱਕ ਇਹ ਮਹਾਂ ਮੰਤਰ ਹੈ। ਚੌਥਾ ਇੱਕ ਓਅੰਕਾਰ ਤੋਂ ਲੈ ਕੇ ਨਾਨਕ ਹੋਸੀ ਭੀ ਸੱਟ ਤੱਕ ਇਹ ਮੂਲ ਮੰਤਰ ਹੈ। ਮੂਲ ਮੰਤਰ ਹਰ ਨਾਮ ਰਸਾਇਣ ਤੋਂ ਨਾਨਕ ਪੂਰਾ ਉਪਾਇਆ। ਪੰਜਵਾਂ ਜਿਹੜਾ ਮੰਤਰ ਹੈ ਉਹ ਹੈ ਸਾਡਾ ਗੁਰਮੰਤਰ ਹੈ, ਉਹ ਹੈ ਸਾਡਾ ਵਾਹਿਗੁਰੂ ਮੰਤਰ। ਹੁਣ ਜਿਹੜੇ ਗੁਰਸਿੱਖ ਇਹ ਵੱਖ ਵੱਖ ਮੰਤਰਾਂ ਦਾ ਜਾਪ ਕਰਦੇ ਹੈ, ਕੋਈ ਮਾਲਾ ਮੰਤਰ ਦਾ ਅਭਿਆਸੀ ਜਪੁਜੀ ਸਾਹਿਬ ਦਾ ਅਭਿਆਸੀ ਹੈ, ਕੋਈ ਬੀਜ ਮੰਤਰ ਦਾ ਵੀ ਅਭਿਆਸੀ ਹੈ। ਸਾਧ ਸੰਗਤ ਜੀ, ਜਿੰਨੀ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਹੈ, ਇੱਕ ਓਅੰਕਾਰ ਤੋਂ ਲੈ ਕੇ 18-20 ਤੱਕ ਇਹ ਸਮੁੱਚੀ ਬਾਣੀ ਦਾ ਸਰੂਪ ਇੱਕ ਓਅੰਕਾਰ ਦੇ ਵਿੱਚ ਸਤਿਗੁਰੂ ਜੀ ਨੇ ਆਪ ਕਿਰਪਾ ਕਰਕੇ ਸੁਭਾਈ ਮਾਨ ਕੀਤਾ ਹੋਇਆ ਹੈ। ਔਰ ਸਾਰਾ ਹੀ ਸ੍ਰੀ ਸਾਹਿਬ ਉਸੇ ਇੱਕ ਓਅੰਕਾਰ ਦੀ ਵਿਆਖਿਆ ਸਰੂਪ ਗੁਰੂ ਕੀ ਬਾਣੀ ਹੈ। ਔਰ ਇਸ ਤੋਂ ਅੱਗੇ ਮਹਾਂਮੰਤਰ ਹੈ ਗੁਰ ਪ੍ਰਸਾਦ ਸਾਨੂੰ ਮੂਲ ਮੰਤਰ ਦੀ ਦਾਤ ਬਖਸ਼ਿਸ਼ ਹੁੰਦੀ ਹੈ। ਮੂਲ ਮੰਤਰ ਦਾ ਅਭਿਆਸੀ
और मूल मंत्र का जाप जिमें मूल मंत्र विच वाहिगुरु परमेश्वर के स्वरूप के गुणा का वर्णन है वो निर्भव है वो निर्वैर है वो अकाल मूरत है वो अजन्मा है वो सचित आनंद है जेड़ा गुरसिख मूल मंत्र का जाप जा अभ्यास करता है जो गुण वाहिगुरु के मूल मंत्र के सतगुरु ने विदित किए हैं मूल मंत्र के अभ्यासी के अंदर ये सारे गुण अपने आप आ जाते हैं। मूल मंत्र के अभ्यासी को सतगुरु निर्वैरता निर्भयता और जमण मरण तो रहत वाहिगुरु की प्राप्ति का ज्ञान और गुरमंत्र वाहिगुरु मंत्र वाहिगुरु मंत्र का जाप और स्मरण करने वाले जो है वह परमेश्वर रूप बन जाते हैं। पूरा गुण अख्याओ जाप का मंत्र पूरा गुरु है और कलयुग के अंदर दस गुरु सहमान सतगुरु महाराजी पूरे सतगुरु हैं। दिन मिल मारे पंच सूर भी रह सो कौन गली रे दिन पंच मार बिदार गुदारे सो पूरा ही कली रे ये पूरे गुरु दियां निशानियां गुरबाणी में होर भी बड़े सुंदर सतगुरु ने प्रमाण बख्शिश किए हैं रहो विचार। सो इसलिए पूरा गुरु और पूरे गुरु का पूरा ही मंत्र है वाहिगुरु नाम जिन्होंने पूरे गुरु के दर तो यह नाम लैके इस नाम की कमाई की है कमाई जो गुरु के दर से प्रवान हो जाती है तो सतगुरु फिर उस सिख के उत्ते कृपा की दृष्टि करते हैं मेहर की दृष्टि करते हैं जिस कृपा के विचों की बख्शिश होती है कि जदों गुरु कृपा की दृष्टि उत्ते करता ना अमृत दृष्ट अमृत की दृष्टि उस सिख उत्ते पाते हैं नाम जपन वाले उत्ते अमृत दृष्ट पेखा हुई संत वो संत की पदवी को प्राप्त कर जाता वो अवस्था है जिन्हें सास ग्रास विसर है हर नामा मन मंत धन से सही नाम पूर्ण सोई सन जिन्हों अठे प्रहर वाहिगुरु का नाम नहीं भुलना श्वास ग्रास नाम जी सोत लगी है वो संत है जिसे ये कृपा हुई है। और सात संगत जी जेड़ा ऐसा संत है जेड़ा ऐसा महापुरख है वो तो गुरु के दर के प्रमाण है। इसे दाने पुरुष का बड़ा सुंदर जिक्र है कथन है वो कहते संत जेड़ा है उसका प्रयोजन की है संत किसम कहा जाता है जेड़ा संत की अवस्था को प्राप्त करके अगे फिर परोपकार अग्रसर होता है पाप अगे तुरता परोपकार करता है उसनु संत कहा जाता है। महापुरख संत बाबा अजीत सिंह जी हंसाली वाले एक एडे वे महान परोपकारी महापुरख सन वो इस इलाके परोपकार का थम सन जो महापुरखा का अज के दिन अकाल चलाना होया तुसी संतां ने वेख्या किलोमीटर के उन्होंने दर्शन करने वास्ते अंतम शरीर के दर्शन करने वास्ते संतां दुनिया भर के आई हुई सन और उन्होंने इन्ना परोपकार किया कई वेरी उन्होंने महापुरखों के दर्शन कर आना दुखियां दिया उन्होंने पास कतारा लगिया होनिया
ਕਿਸੇ ਨੇ ਕੋਈ ਦੁੱਖ ਕਿਸੇ ਨੇ ਕੋਈ ਦੁੱਖ ਆਪਣਾ ਉਹਨਾਂ ਦੇ ਅੱਗੇ ਰੱਖਣਾ। ਸੰਸਾਰ ਦਾ ਵੀ ਇਹ ਸਾਧ ਸੰਗਤੀ ਇੱਕ ਨਿਯਮ ਕਹਿ ਲਓ, ਸੁਭਾਅ ਕਹਿ ਲਓ, ਦੁੱਖੀਆਂ ਫੰਡਾਂ ਖੁੱਲੀਆਂ, ਸੁੱਖ ਨਾ ਨਿਕਲਿਓ ਕੋਈ। ਹਰ ਮਨੁੱਖ ਹੀ ਦੁਖੀ ਹੈ ਕਿਸੇ ਨਾ ਕਿਸੇ ਪੱਖ ਤੋਂ, ਔਰ ਮਨੁੱਖ ਦੁੱਖ ਤੋਂ ਬਚਣ ਵਾਸਤੇ ਹਰ ਤਰ੍ਹਾਂ ਦੇ ਯਤਨ ਆਪਣੀ ਜ਼ਿੰਦਗੀ ਵਿੱਚ ਕਰਦਾ। ਉਹਨਾਂ ਪਾਸ ਦੁਖੀ ਲੋਕਾਂ ਨੇ ਬੜੀਆਂ ਫਰਿਆਦਾਂ ਕਰਨੀਆਂ, ਔਰ ਐਸੇ ਐਸੇ ਦੁੱਖ ਜਿਹੜੇ ਆਪਾਂ ਕਦੇ ਸੁਣੇ ਵੀ ਨਹੀਂ, ਉਹਨਾਂ ਨੇ ਕੀ ਕਹਿਣਾ। ਕਹਿਣਾ ਭਾਈ ਗੁਰੂ ਸਾਹਿਬ ਅੱਗੇ ਬੇਨਤੀਆਂ ਕਰੋ, ਬਾਣੀ ਪੜ੍ਹੋ, ਸੇਵਾ ਕਰੋ, ਸੰਗਤ ਕਰੋ, ਕਿਰਪਾ ਗੁਰੂ ਸਾਹਿਬ ਕਰਨਗੇ। ਕਦੇ ਉਹਨਾਂ ਨੇ ਆਪਣੀ ਰਸਨਾ ਤੋਂ ਇਹ ਬਚਨ ਮੈਂ ਨਹੀਂ ਆਪਣੇ ਜੀਵਨ ਵਿੱਚ ਕਦੇ ਸੁਣੇ, ਕਦੇ ਕਿਸੇ ਨੂੰ ਕਿਹਾ ਹੋਵੇ ਕਿ ਮੈਂ ਤੁਹਾਡੇ ਦੁੱਖ ਦੂਰ ਕਰਾਂਗਾ। ਹਿਰਦੇ ਗਿਆਨ ਮੁੱਖ ਭਗਤੀ ਵਰਤਨ ਵੈਰਾਗ ਇਹ ਗੁਰੂ ਘਰ ਦਾ ਨਿਯਮ ਹੈ। ਹਿਰਦੇ ਵਿੱਚ ਵਾਹਿਗੁਰੂ ਦਾ ਗਿਆਨ, ਗਿਆਨ ਵਿੱਚ ਸਥਿਤ ਮਨ ਦਾ ਹੋਣਾ, ਬਿਰਤੀ ਦਾ ਲੈਣ, ਔਰ ਮੁੱਖ ਵਿੱਚ ਭਗਤੀ ਅੱਠੇ ਪਹਿਰ ਵਾਹਿਗੁਰੂ ਦੀ, ਔਰ ਵਰਤਨ ਵੈਰਾਗ ਸੰਸਾਰ ਵਿੱਚ ਵਰਤ ਵਰਤਾਵਾ ਨਿਮਰਤਾ ਭਾਵ ਵਾਲਾ, ਵੈਰਾਗ ਭਾਵਨਾ ਵਾਲਾ ਹੋਣਾ, ਇਹੀ ਗੁਰੂ ਘਰ ਦਾ ਹਰ ਇੱਕ ਲਈ ਹੁਕਮ ਵੀ ਹੈ ਔਰ ਆਸ਼ਾ ਵੀ ਹੈ। ਗੁਰੂ ਘਰ ਵਿੱਚ ਭਾਵੇਂ ਕੋਈ ਵੱਡੀ ਤੋਂ ਵੱਡੀ ਪਦਵੀ ਨੂੰ ਵੀ ਪ੍ਰਾਪਤ ਕਰ ਲਵੇ, ਵੱਡੀ ਤੋਂ ਵੱਡੀ ਅਵਸਥਾ ਨੂੰ ਵੀ ਹਾਸਲ ਕਰ ਲਵੇ, ਉਸ ਲਈ ਇਹ ਆਗਿਆ ਨਹੀਂ ਕਿ ਉਹ ਵੱਡੀ ਪਦਵੀ ਜਾਂ ਵੱਡੀ ਅਵਸਥਾ ਨੂੰ ਪ੍ਰਾਪਤ ਕਰਕੇ ਕਿਤੇ ਮਾਣ ਔਰ ਹੰਗਤਾ ਦੇ ਸ਼ਿਕਾਰ ਹੋ ਜਾਏ। ਉਹ ਗੁਰੂ ਘਰ ਵਿੱਚ ਕਦੇ ਪ੍ਰਵਾਨ ਨਹੀਂ ਹੈ। ਉਹਨਾਂ ਮਹਾਂਪੁਰਖਾਂ ਨੇ ਇੰਨੀ ਵੱਡੀ ਨਿਮਰਤਾ ਰੱਖੀ ਕਿ ਗੁਰੂ ਸਾਹਿਬ ਦੀਆਂ ਉਹਨਾਂ ਉੱਤੇ ਕਿੱਡੀਆਂ ਦੀਆਂ ਰਹਿਮਤ ਔਰ ਬਖਸ਼ਿਸ਼ਾਂ ਸਨ। ਹਰ ਦੁਖੀ ਨੂੰ ਇੱਕੋ ਹੀ ਗੱਲ ਕਹਿਣੀ ਕਿ ਭਾਈ ਬਾਣੀ ਪੜ੍ਹੋ, ਅਰਦਾਸਾਂ ਕਰੋ, ਬੇਨਤੀਆਂ ਕਰੋ, ਗੁਰੂ ਸਾਹਿਬ ਕਿਰਪਾ ਕਰਨ। ਔਰ ਵੱਡੇ ਮਹਾਂਪੁਰਖਾਂ ਨੇ ਬੜੇ ਸੁੰਦਰ ਕੀਤੇ ਆ, ਕਹਿੰਦੇ ਜਿਹੜੇ ਸਾਧੂ ਹੁੰਦੇ ਆ, ਨਾਮ ਜਪਣ ਵਾਲੇ ਪਵਿੱਤਰ ਮਹਾਂਪੁਰਖ ਹੁੰਦੇ ਆ, ਉਹਨਾਂ ਦੀਆਂ ਚਾਰ ਥਾਵਾਂ 'ਤੇ ਪਰਮੇਸ਼ੁਰ ਦਾ ਵਾਸ ਹੁੰਦਾ ਵਿਸ਼ੇਸ਼ ਰੂਪ ਵਿੱਚ, ਉਹਨਾਂ ਦੇ ਨੇਤਰਾਂ ਵਿੱਚ, ਉਹਨਾਂ ਦੇ ਹੱਥਾਂ ਵਿੱਚ, ਉਹਨਾਂ ਦੇ ਹਿਰਦੇ ਵਿੱਚ ਔਰ ਉਹਨਾਂ ਦੇ ਚਰਨਾਂ ਵਿੱਚ। ਪਾਪੀ ਮਨੁੱਖ ਪੂਰਨ ਮਹਾਂਪੁਰਖ ਦੀ ਨਿਗਾਹ ਪੈ ਜਾਏਗਾ ਪਾਪੀ ਮਨੁੱਖ ਦੇ ਉੱਤੇ, ਤਾਂ ਪਾਪੀ ਮਨੁੱਖ ਦੇ ਪਾਪ ਛੁੱਟ ਜਾਂਦੇ ਔਰ ਪਾਪਾਂ ਤੋਂ ਨਜਾਤ ਹਾਸਲ ਕਰ ਲੈਂਦਾ, ਪਾਪਾਂ ਤੋਂ ਬਚ ਜਾਂਦਾ, ਪਾਪਾਂ ਨੂੰ ਨਜਾਤ ਲਾਜ਼ਮੀ ਦੇ ਦਿੰਦਾ, ਪਾਪ ਉਹ ਹਮੇਸ਼ਾ ਲਈ ਤਿਆਗ ਦਿੰਦਾ ਜੇ ਕਿਸੇ ਪਾਪੀ ਮਨੁੱਖ 'ਤੇ ਪੂਰਨ ਮਹਾਂਪੁਰਖ ਦੀ ਅੰਮ੍ਰਿਤ ਦ੍ਰਿਸ਼ਟੀ ਪੈ ਜਾਵੇ। ਔਰ ਜਿਸ ਕਾਰਜ ਲਈ ਆਪਾਂ ਘਰਾਂ ਦੀਆਂ ਨੀਹਾਂ, ਗੁਰੂ ਘਰਾਂ ਦੀਆਂ ਨੀਹਾਂ ਨਾਮ ਜਪਣ ਵਾਲਿਆਂ ਤੋਂ ਕਿਉਂ ਰਖਾਈ ਦੀਆਂ, ਇਹ ਕਾਰਜ ਪਵਿੱਤਰ ਹੱਥ ਲੱਗਣ ਨਾਲ ਪੂਰਾ ਹੋ ਜਾਂਦਾ। ਦਸਾਂ ਮਾਹਾਂ ਦੀ ਕਿਰਤ ਕਰਨ ਨਾਲ ਹੱਥ ਪਵਿੱਤਰ ਹੁੰਦੇ ਹੈ, ਸੇਵਾ ਕਰਨ ਨਾਲ ਹੱਥ ਪਵਿੱਤਰ ਹੁੰਦੇ ਹੈ। ਵਿਦਵਾਨਾਂ ਦਾ ਕਥਨ ਹੈ, ਹਸਤੋ ਜਦੀ ਨਾਮ ਪੁੰਨਿਆ ਪਾਪੋ ਪਵਿੱਤਰੋ, ਜਦੀ ਤੀਰਥ ਯਾਤਰਾ ਵਾਕਿਆ ਜਦੀ ਰਾਮ ਨਾਮ ਪਵਿੱਤਰ ਬ੍ਰਹਮਿਸ਼ਟਾ। ਹੱਥ ਜਿਸ ਕੰਮ ਨੂੰ ਲਾਗੂ ਹੋ ਗਿਆ, ਮਹਾਂਪੁਰਸ਼ਾਂ ਦੇ ਹੱਥ ਕਿਉਂ ਪੁੱਜਦੇ ਆ, ਉਹਨਾਂ ਦੀ ਅੰਮ੍ਰਿਤ ਸੰਸਾਰ ਮਹਾਂਪੁਰਖਾਂ ਵੱਲੋਂ ਚਾਂਦੀ ਦੇ ਦਰਵਾਜ਼ੇ, ਸੋਨੇ ਦੀ ਸੇਵਾ, ਮੁਰੰਮਤਾਂ ਦੀ ਸੇਵਾ, ਉਹ ਸਾਰੀ ਸੇਵਾ ਅੱਜ ਵੀ ਚੱਲ ਰਹੀ ਹੈ। ਪਤਾ ਨਹੀਂ ਉਹਨਾਂ ਨੇ ਕਿੰਨੀਆਂ ਕਥਾਵਾਂ 'ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠਾਂ ਦੀਆਂ ਲੜੀਆਂ, ਲੰਗਰਾਂ ਦੀ ਸੇਵਾ, ਵੱਡੇ ਵੱਡੇ ਸ਼ਤਾਬਦੀ ਸਮਾਗਮਾਂ 'ਚ ਵੱਡੇ ਵੱਡੇ ਲੰਗਰਾਂ ਦੀ ਸੇਵਾ, ਭਾਵ ਦਿਨ ਵਿੱਚ ਉਹਨਾਂ ਦਾ ਇੱਕ ਸਕਿੰਟ ਵੀ ਐਸਾ ਨਹੀਂ ਗੁਜ਼ਰਦਾ ਸੀ
ਜਿਹੜਾ ਉਹ ਸੇਵਾ ਲਈ ਆਪਣਾ ਯੋਗਦਾਨ ਨਹੀਂ ਪਾਉਂਦੇ ਸਨ। ਗੁਰੂ ਘਰਾਂ ਦੀਆਂ, ਪੰਥ ਦੀਆਂ, ਲੋੜਵੰਦਾਂ ਦੀਆਂ ਬਹੁਤ ਵੱਡੀਆਂ ਸੇਵਾਵਾਂ ਉਹਨਾਂ ਮਹਾਂਪੁਰਖਾਂ ਨੇ ਕੀਤੀਆਂ। ਮੈਨੂੰ ਵਾਈਸ ਚਾਂਸਲਰ ਪਟਿਆਲਾ ਯੂਨੀਵਰਸਿਟੀ ਸਰਦਾਰ ਸਵਰਨ ਸਿੰਘ ਜੀ, ਉਹ ਇੱਕ ਵਾਰੀ ਮਿਲਕੇ ਗਏ, ਮੈਨੂੰ ਕਹਿਣ ਲੱਗੇ ਯੂਨੀਵਰਸਿਟੀ ਦੀ ਕੋਈ ਸੇਵਾ। ਮੈਂ ਕਿਹਾ ਜੋ ਤੁਸੀਂ ਆਗਿਆ ਕਰੋਗੇ। ਵਿੱਦਿਆ ਦੀ ਤਾਂ ਇਹ ਗੁਰੂ ਘਰ ਦੀ ਬ੍ਰਹਮ ਵਿੱਦਿਆ ਦੀ ਤਾਂ ਇਹ ਟਕਸਾਲ ਹੈ, ਦਮਦਮੀ ਟਕਸਾਲ। ਗੱਲਾਂ ਕਰਦਿਆਂ ਕਰਦਿਆਂ ਕਹਿਣ ਲੱਗੇ, ਸਾਨੂੰ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲਿਆਂ ਨੇ ਯੂਨੀਵਰਸਿਟੀ ਲਈ ਵਿੱਦਿਆ ਖੇਤਰ ਦੇ ਵਿੱਚ ਖੋਜਾਂ ਕਰਨ ਲਈ ਲੱਖਾਂ ਰੁਪਇਆ ਸੇਵਾ ਵਿੱਚ ਸਾਨੂੰ ਉਹਨਾਂ ਨੇ ਪਾਸ ਬੁਲਾ ਕੇ ਦਿੱਤਾ। ਵਾਈਸ ਚਾਂਸਲਰ ਸਰਦਾਰ ਜਸਪਾਲ ਸਿੰਘ ਜੀ ਦਿੱਲੀ ਵਾਲੇ ਰਿਟਾਇਰ ਹੋ ਗਏ, ਉਹਨਾਂ ਨੇ ਆਪ ਦੱਸਿਆ ਕਿ ਬਾਬਾ ਜੀ ਨੇ ਪਟਿਆਲਾ ਯੂਨੀਵਰਸਿਟੀ ਦੀ ਬਹੁਤ ਮਾਇਆ ਇੱਥੋਂ ਭੇਜੀ ਤਾਂ ਕਿ ਵਿਦਿਆਰਥੀਆਂ ਲਈ ਖੋਜ ਕਾਰਜ ਹੋਰ ਵੱਡੀ ਪੱਧਰ 'ਤੇ ਹੋ ਸਕੇ। ਵਿੱਦਿਆ ਦੇ ਮੰਦਰਾਂ ਲਈ ਉਹਨਾਂ ਨੇ ਕੋਈ ਐਸਾ ਪੱਖ ਨਹੀਂ ਛੱਡਿਆ ਜਿੱਥੇ ਸਾਧ ਸੰਗਤ ਜਿਹਨਾਂ ਮਹਾਂਪੁਰਖਾਂ ਨੇ ਵੱਡੀਆਂ ਸੇਵਾਵਾਂ ਨਾ ਕੀਤੀਆਂ। ਬਹੁਤ ਵੱਡਾ ਪਰਉਪਕਾਰ ਉਹਨਾਂ ਮਹਾਂਪੁਰਖਾਂ ਦੇ ਹਿੱਸੇ ਵਿੱਚ ਆਇਆ ਔਰ ਉਹਨਾਂ ਨੇ ਬਹੁਤ ਵੱਡੇ ਵੱਡੇ ਪਰਉਪਕਾਰ ਕੀਤੇ, ਵੱਡੀਆਂ ਸੇਵਾਵਾਂ ਕੀਤੀਆਂ। ਸਾਧ ਸੰਗਤ ਜੀ, ਮੈਨੂੰ ਯਾਦ ਹੈ ਮਹਾਂਪੁਰਖ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਦਰਾਂ ਵਾਲਿਆਂ ਨੂੰ ਇੰਨਾ ਪ੍ਰੇਮ ਉਹਨਾਂ ਮਹਾਂਪੁਰਖਾਂ ਦਾ ਇਸ ਨਗਰ ਵਿੱਚ ਸੱਜ ਕੇ ਕਥਾ ਔਰ ਪ੍ਰਚਾਰ ਦਾ ਪ੍ਰੋਗਰਾਮ ਬਣਾਇਆ। ਔਰ ਫਿਰ ਸੰਤ ਬਾਬਾ ਠਾਕੁਰ ਸਿੰਘ ਜੀ ਨਾਲ ਇੰਨਾ ਸੁਨੇਹ, ਬਾਬਾ ਜੀ ਨੇ ਇੱਕ ਵਾਰੀ ਕਿਹਾ ਵੀ ਤੁਸੀਂ ਦਮਦਮੀ ਟਕਸਾਲ ਦੇ ਹੈੱਡਕੁਆਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਜ਼ਰੂਰ ਆ ਕੇ ਦਰਸ਼ਨ ਦੇ। ਮਹਾਂਪੁਰਖਾਂ ਨੇ ਤਿਆਰੀ ਕੀਤੀ, ਮਹਿਤੇ ਸਾਹਿਬ ਪੁੱਜਿਆ ਵੀ ਹੰਸਾਲੀ ਵਾਲੇ ਮਹਾਂਪੁਰਖਾਂ ਨੇ ਆਉਣਾ ਅਤੇ ਬਾਬਾ ਜੀ ਨੇ ਉਸ ਦਿਨ ਸਾਰੇ ਜਥੇ ਦੇ ਸਿੰਘਾਂ ਦੇ ਨਵੇਂ ਚੋਲੇ, ਨਵੇਂ ਪਰਨੇ, ਨਵੀਆਂ ਦਸਤਾਰਾਂ ਕਹਿਣ ਲੱਗੇ ਸਿੰਘਾਂ ਨੇ ਭਾਈ ਨਵੀਂ ਨਵੇਂ ਵਸਤਰ ਪਾ ਕੇ ਆਉਣਾ, ਮਹਾਂਪੁਰਖ ਹੰਸਾਲੀ ਵਾਲੇ ਆ ਰਹੇ, ਆਪਾਂ ਸਾਰਿਆਂ ਨੂੰ ਉਹਨਾਂ ਦਾ ਸਨਮਾਨ ਕਰਨਾ। ਕਿੱਡੀ ਵੱਡੀ ਆਤਮਾ ਸੰਤ ਸੰਤ ਬਾਬਾ ਠਾਕੁਰ ਸਿੰਘ ਜੀ ਖਾਲਸਾ ਜੀ, ਉਹਨਾਂ ਮਹਾਂਪੁਰਖਾਂ ਨੇ ਬਾਬਾ ਜੀ ਗਏ, ਸਾਰੇ ਜਥੇ ਨਾਲ ਮਿਲ ਕੇ ਬਹੁਤ ਵੱਡਾ ਸਨਮਾਨ ਕੀਤਾ। ਆਪਣੇ ਹੱਥੀਂ ਬਾਬਾ ਜੀ ਦਾ ਇਹ ਸੁਭਾਅ ਸੀ ਸੰਗਤ ਦੀ ਸੇਵਾ ਆਪਣੇ ਹੱਥੀਂ ਕਰਨੀ। ਮਹਾਂਪੁਰਖ ਬਾਬਾ ਠਾਕੁਰ ਸਿੰਘ ਜੀ ਸੰਗਤ ਦੇ ਜੂਠੇ ਬਰਤਨ ਮਾਂਜਣ ਲੱਗ ਪਏ, ਘੰਟਿਆਂ ਵਧੀ ਭਾਂਡੇ ਮਾਂਜੀ ਜਾਣੇ, ਪ੍ਰਸ਼ਾਦਾ ਹੀ ਵਰਤਾਈ ਜਾਣੇ। ਸੰਤ ਬਾਬਾ ਅਜੀਤ ਸਿੰਘ ਜੀ ਦੇ ਹੱਥ ਪਵਿੱਤਰ ਆ ਕੇ ਆਪਣੇ ਹੱਥੀਂ ਜਲ ਪਾਣੀ ਔਰ ਸਿੰਘਾਂ ਨੂੰ ਕਹਿਣ ਲੱਗੇ, ਸਿੰਘੋ ਇਹ ਪੂਰਨ ਸਾਧੂ ਮਹਾਂਪੁਰਖ ਹਨ, ਇਹਨਾਂ 'ਚ ਮਹਾਰਾਜ ਦੀ ਬਹੁਤ ਵੱਡੀ ਬਖਸ਼ਿਸ਼ ਹੈ। ਸੋ ਸਾਧ ਸੰਗਤ ਜੀ, ਐਸੇ ਮਹਾਂਪੁਰਖ ਸਨ, ਮੇਰੇ ਕੋਲ ਸਮਾਂ ਨਹੀਂ ਕਿ ਮੈਂ ਹੋਰ ਅੱਗੇ ਅੱਗੇ ਤੁਰਿਆ ਜਾਵਾਂ, ਬਹੁਤ ਸੰਖੇਪ ਸਮਾਂ, ਪਰ ਮੈਂ ਬੜੇ ਲੰਬੇ ਸਮੇਂ ਬਾਅਦ ਤੁਹਾਡੇ ਵਿੱਚ ਆ ਕੇ ਹਾਜ਼ਰੀ ਲਵਾ ਸਕਿਆ। ਸੋ ਮੈਂ ਅੱਗੇ ਨਾ ਜਾਵਾਂ, ਉਹਨਾਂ ਮਹਾਂਪੁਰਖਾਂ ਦੇ ਜੋ ਪਰਉਪਕਾਰ ਤਥੜੀਆ ਸੰਤਾਹ ਦੇ ਸਿਖਾਉਣ ਬੰਦੀ ਹੈ, ਮਹਾਂਪੁਰਖਾਂ ਦੇ ਜੀਵਨ ਦੇ ਜਿਹੜੀ ਕਥਾ ਹੁੰਦੀ ਹੈ, ਸਾਖੀਆਂ ਹੁੰਦੀਆਂ, ਉਹਨਾਂ ਦਾ ਜੀਵਨ ਕੌਤਕ ਹੁੰਦੇ ਹੈ, ਜਾਂ ਇਹੋ ਕਹਿ ਲਓ ਉਹਨਾਂ ਦੇ ਜੀਵਨ ਦੀਆਂ ਜਿਹੜੀਆਂ ਕਥਾਵਾਂ ਹੁੰਦੀਆਂ ਨਾ, ਉਹ ਸੁੱਖਾਂ ਦਾ ਖਜ਼ਾਨਾ ਹੁੰਦਾ। ਉਹਦੇ ਵਿੱਚੋਂ ਜੀਵਨ ਵਿੱਚ ਕੁਝ ਨਾ ਕੁਝ ਲਾਭ ਹਰ ਪ੍ਰਾਣੀ ਮਾਤਰ ਨੂੰ ਪ੍ਰਾਪਤ ਹੁੰਦਾ। ਨਾਨਕ ਕੱਚੜਿਆ ਸੰਤੋੜ ਧੂੜ ਸੱਜਣ ਸੱਚ ਪੱਕਿਆ, ਉਹ ਜੀ ਬੰਦੇ ਵਿਛੜੇ ਮੋਇਆ ਲੱਗਾ ਹੀ। ਉਹਨਾਂ ਦਾ ਜੀਵਨ, ਉਹਨਾਂ ਦੀ ਕਰਨੀ ਸਾਡੇ ਲਈ ਮਾਰਗਦਰਸ਼ਨ ਹੈ ਹਮੇਸ਼ਾ ਵਾਸਤੇ। ਸੋ ਉਹਨਾਂ ਸਤਿਪੁਰਸ਼ਾਂ ਦੀ ਰਾਤ ਵਿੱਚ ਬੈਠੇ ਹੋ, ਮੈਂ ਸਾਰੀ ਸੰਗਤ ਦਾ ਰੋਮ ਰੋਮ ਕਰਕੇ ਧੰਨਵਾਦ ਕਰਦਾ ਔਰ ਵਿਸ਼ੇਸ਼ ਤੌਰ 'ਤੇ ਸੰਤ ਬਾਬਾ ਪਰਮਜੀਤ ਸਿੰਘ ਜੀ ਹੰਸਾਲੀ ਵਾਲੇ, ਜਿਨ੍ਹਾਂ ਨੇ ਬਹੁਤ ਵੱਡੀ ਮਹਾਂਪੁਰਖਾਂ ਦੀ ਸੇਵਾ ਕੀਤੀ, ਵੱਡੀ ਸਰਵਿਸ ਨੂੰ ਤਿਆਗ ਕੇ ਮਹਾਂਪੁਰਖਾਂ ਨੇ ਆ ਜਾਓ ਕੋਲੇ ਰਹੋ,
ਅਖੀਰਲੇ ਸਵਾਸ ਤੱਕ ਸੇਵਾਦਾਰ ਬਣ ਕੇ ਸੇਵਾ ਕੀਤੀ, ਬੜੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਔਰ ਅੱਜ ਵੀ ਉਹ ਇਹ ਦਾਅਵਾ ਨਹੀਂ ਕਰਦੇ ਕਿ ਮੈਂ ਕੋਈ ਸੰਤ ਹੈ, ਮੈਂ ਕੋਈ ਸਨਮਾਨ ਯੋਗ ਹੈ। ਸੇਵਕ ਭਾਵਨਾ ਰੱਖ ਕੇ ਉਵੇਂ ਆਪਣੇ ਆਪ ਨੂੰ ਸਮਝਦੇ ਹੈ ਕਿ ਮੈਂ ਬਾਬਾ ਜੀ ਦੇ ਹੁਕਮ ਵਿੱਚ ਹੀ ਸਾਰੀ ਸੇਵਾ ਕਰ ਰਿਹਾ। ਸੋ ਮੈਂ ਸੰਤ ਬਾਬਾ ਪਰਮਜੀਤ ਸਿੰਘ ਜੀ ਹਸਾਲੀ ਵਾਲਿਆਂ ਦਾ ਔਰ ਉਹਨਾਂ ਨਾਲ ਜਿੰਨੇ ਵੀ ਸੇਵਾਦਾਰ, ਡਾਕਟਰ ਧਰਮਵੀਰ ਸਿੰਘ ਜੀ, ਗਰੇਵਾਲ ਸਾਹਿਬ, ਭਾਈ ਪਿਆਰਾ ਸਿੰਘ ਜੀ, ਸਾਰਿਆਂ ਦੇ ਮੈਂ ਰੋਮ ਰੋਮ ਕਰਕੇ ਧੰਨਵਾਦ ਕਰਦਾ। ਔਰ ਹੁਣ ਸਤਿਸੰਗ ਜੀ ਤੁਹਾਡੇ ਸਨਮੁਖ ਸਿੱਖ ਪੰਥ ਦੇ ਬਹੁਤ ਪ੍ਰਸਿੱਧ ਵਿਦਵਾਨ ਦੁਨੀਆ ਭਰ ਵਿੱਚ ਜਿਨ੍ਹਾਂ ਨੂੰ ਸੰਗਤਾਂ ਉਡੀਕਦੀਆਂ ਰਹਿੰਦੀਆਂ ਹਨ, ਜਿਹਨਾਂ ਤੋਂ ਗੁਰਮਤਿ ਦੇ ਬੈਠਕ ਕਥਾ ਸੁਣਨ ਵਾਸਤੇ ਸੰਗਤਾਂ ਦੀ ਬੜੀ ਤੀਬਰ ਇੱਛਾ ਹੈ। ਧੰਨ ਬਾਬਾ ਬਿਧੀ ਚੰਦ ਸਾਹਿਬ ਜੀ ਦੀ ਅਨਸਮਸ, ਬਹੁਤ ਹੀ ਸਨਮਾਨਯੋਗ ਸੰਤ ਬਾਬਾ ਬੱਤਾ ਸਿੰਘ ਜੀ ਮੁੰਡੇ ਪਿੰਡ ਵਾਲੇ, ਜਿਨ੍ਹਾਂ ਨੂੰ ਤੁਸੀਂ ਵੀ ਬੜੇ ਲੰਬੇ ਸਮੇਂ ਤੋਂ ਉਡੀਕ ਰਹੇ ਹੋ। ਉਹਨਾਂ ਨੇ ਆਪ ਜੀ ਦੇ ਸਾਹਮਣੇ ਗੁਰਮਤਿ ਦੀਆਂ ਵਿਚਾਰਾਂ ਸਰਵਣ ਕਰਵਾਉਣੀਆਂ ਹਨ। ਸੋ ਮੈਂ ਬਾਬਾ ਬੱਤਾ ਸਿੰਘ ਜੀ ਦਾ ਵੀ ਰੋਮ ਰੋਮ ਕਰਕੇ ਧੰਨਵਾਦ ਕਰਦਾ, ਸਾਰੀ ਸੰਗਤ ਦਾ ਧੰਨਵਾਦ ਕਰਦਾ। ਇਤਨੀ ਹਾਜ਼ਰੀ ਪ੍ਰਵਾਨ ਕਰਨੀ, ਭੁੱਲਾ ਚੁੱਕਾ ਖਿਮਾ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਹਾਂਪੁਰਸ਼ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਭੇਜਣ ਵਾਲੇ, ਆਪ ਜੀ ਨਾਲ ਗੁਰਮਤਿ ਵਿਚਾਰਾਂ ਸਾਂਝੀਆਂ ਕਰ ਰਹੇ ਸਨ। ਮਹਾਂਪੁਰਸ਼ਾਂ ਨਾਲ ਇਹਨਾਂ ਨੇ ਆਪਣੇ ਸੰਬੰਧਾਂ ਦਾ ਵੀ ਬੜਾ ਜ਼ਿਕਰ ਕੀਤਾ ਹੈ। ਬਹੁਤ ਸਾਰੀਆਂ ਉਹਨਾਂ ਦੇ ਜਿਹੜੇ ਪਰਪਕਾਰ ਨੇ ਉਹ ਵੀ ਆਪ ਜੀ ਨੂੰ ਵਰਣਨ ਕਰਨੇ। ਹੁਣ ਮਹਾਂਪੁਰਸ਼ਾਂ ਦਾ ਸੰਗਤ ਵੱਲੋਂ, ਬਾਬਾ ਜੀ ਪਰਜੀਤ ਸਿੰਘ ਵੱਲੋਂ ਸਨਮਾਨ ਕੀਤਾ ਜਾਵੇਗਾ। ਬੇਨਤੀ ਹੈ ਕਿ ਉਹ ਸਨਮਾਨ ਪ੍ਰਾਪਤ ਕਰਨ। ਹੁਣ ਆਪਾਂ ਨੇ ਸੰਤ ਬਾਬਾ ਬੰਤਾ ਸਿੰਘ ਜੀ ਜਿਹੜੇ ਨੇ, ਬਾਬਾ ਬਿਧੀ ਚੰਦ ਜੀ ਜਿਹਨਾਂ ਨੂੰ ਆਪ ਸਾਰੇ ਜਾਣਦੇ ਹੋ, ਉਹਨਾਂ ਦੇ ਖਾਨਦਾਨ ਵਿੱਚ, ਉਹਨਾਂ ਦੀ ਅੰਸ ਵਿੱਚੋਂ ਨੇ, ਅਤੇ ਇਹਨਾਂ ਦਾ ਜਿਹੜਾ ਸਥਾਨ ਆ